ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਲੈ ਕੇ ਵੱਡਾ ਫੈਸਲਾ ਆਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਜ਼ਾ ਸੁਣਾਈ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਔਰ ਤਨਖਾਹੀਆ ਕਰਾਰ ਦਿੱਤਾ ਗਿਆ ਹੈ, ਕਿਉਂਕਿ ਲਗਾਤਾਰ ਬਾਗੀ ਧੜੇ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਠੋਸ ਕਾਰਵਾਈ ਕੀਤੀ ਜਾਵੇ। ਵਿਰਸਾ ਸਿੰਘ ਬਲਟੂਹਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ, ਗੱਲਬਾਤ ਕਰਦੇ ਹਾਂ। ਬਲਟੂਹਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ 'ਤੇ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਬਲਟੂਹਾ ਜੀ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਵੱਡਾ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸੁਣਾਇਆ ਗਿਆ, ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਸਜ਼ਾ ਲਗਾਈ ਗਈ ਹੈ, ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਫਸਟ ਰਿਐਕਸ਼ਨ ਕੀ ਹੈ? ਦੇਖੋ ਵਿਕਰਮ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸੁਪਰੀਮ ਅਥਾਰਟੀ ਹੈ ਜੀ। ਜੇ ਕੋਈ ਸਿੱਖ ਹੈ ਤੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਆ ਜੀ, ਤੇ ਸਿੱਖ ਹੋਣ ਦਾ ਮਾਣ ਮਹਿਸੂਸ ਕਰਦਾ ਆ, ਤੇ ਪਹਿਲੀ ਤੇ ਗੱਲ ਹੈ ਕਿ ਸਿੱਖਾਂ ਦੇ ਕਹੇ ਜਨਮ ਹੀ ਕਰਮਾਂ ਵਾਲੇ ਨੂੰ ਮਿਲਦਾ ਆ, ਤੇ ਫਿਰ ਜਿਹੜਾ ਸਿੱਖ ਹੈ ਉਹਦੇ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਆ ਉਹ ਸਰਵਉੱਚ ਹੈ। ਇਹਦੇ ਉੱਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਕਰਨ ਦੀ ਨਾ ਤੇ ਇਜਾਜ਼ਤ ਹੁੰਦੀ ਹੈ ਤੇ ਨਾ ਕਰਨਾ ਹੀ ਚਾਹੀਦਾ। ਔਰ ਜੋ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮ ਜਾਰੀ ਕੀਤਾ ਆ ਜੀ, ਕਿਸੇ ਨਾ ਕਿਸੇ ਰੂਪ ਚ ਸਤਿਸ਼੍ਰੀਵੀਰ ਸਿੰਘ ਬਾਦਲ ਹੋਰਾਂ ਨੂੰ ਕੁਦਰਤੀ ਹੈ ਕਿ ਸਿੰਘ ਸਾਹਿਬਾਨ ਨੇ ਵਿਚਾਰ ਵਟਾਂਦਰੇ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਚ ਦੋਸ਼ੀ ਪਾਇਆ ਹੋਊਗਾ, ਤੇ ਤਦ ਹੀ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ, ਮਤਲਬ ਕਿ ਇੱਕ ਤਰ੍ਹਾਂ ਦੋਸ਼ੀ ਕਰਾਰ ਦਿੱਤਾ ਆ। ਹੁਣ ਉਸ ਤੋਂ ਅਗਲੀ ਜਿਹੜੀ ਪ੍ਰਕਿਰਿਆ ਆ ਕਿ ਜਿਹੜਾ ਉਹਨਾਂ ਨੂੰ ਹੁਕਮ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਵੋ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣਗੇ, ਫਿਰ ਸਿੰਘ ਸਾਹਿਬਾਨ ਜਿਹੜਾ ਆ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਦੋਸ਼ ਦੱਸਣਗੇ, ਔਰ ਉਹਦੇ ਉੱਤੇ ਜਿਹੜੀ ਫਿਰ ਅਗਲੀ ਜਿਹੜੀ ਪ੍ਰਕਿਰਿਆ ਆ ਉਹ ਸ਼ੁਰੂ ਹੋਵੇਗੀ, ਤੇ ਸਿੰਘ ਸਾਹਿਬਾਨ ਜੋ ਵੀ ਉਸ ਮੁਤਲਕ ਸੇਵਾ ਜਾਂ ਸਜ਼ਾ ਜੋ ਵੀ ਪੰਥਕ ਪਰੰਪਰਾਵਾਂ ਦੇ ਮੁਤਾਬਕ ਹੈ ਜੋ ਲਾਉਣਗੇ ਹੁਕਮ ਕਰਨਗੇ, ਉਹ ਕੁਦਰਤੀ ਸਤਿਸ਼੍ਰੀਵੀਰ ਸਿੰਘ ਬਾਦਲ ਹੋਰਾਂ ਨੇ ਪਹਿਲਾਂ ਕਿਹਾ ਹੈ ਕਿ ਮੈਨੂੰ ਪ੍ਰਵਾਨ ਹੋਏਗੀ ਔਰ ਖਿੜੇ ਮੱਥੇ ਪ੍ਰਵਾਨ ਕਰਨਗੇ। ਬਲਵਿੰਦਰ ਸਿੰਘ ਭੁੰਦੜ ਹੋਣਾਂ ਨੂੰ ਕਾਰਜਕਾਰੀ ਪ੍ਰਧਾਨ ਕੱਲ੍ਹ ਹੀ ਨਿਯੁਕਤ ਕਰ ਦਿੱਤਾ ਗਿਆ ਸੀਗਾ, ਔਰ ਇਹ ਕਿਹਾ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣਾ ਚਾਹੁੰਦੇ ਆ ਸੁਖਬੀਰ ਸਿੰਘ ਬਾਦਲ ਹੋਣਗੇ ਵੀ, ਔਰ ਕਿਉਂਕਿ ਡਾਕਟਰ ਚੀਮਾ ਹੋਣਾਂ ਦਾ ਜਿਸ ਤਰ੍ਹਾਂ ਦਾ ਬਿਆਨ ਆਇਆ ਉਹਦੇ 'ਤੇ ਵੀ ਸਵਾਲ ਖੜੇ ਕੀਤੇ ਕਿ ਲਾਂਭੇ ਕਿਉਂ ਨਹੀਂ ਹੋ ਗਏ ਸੁਖਬੀਰ ਸਿੰਘ ਬਾਦਲ, ਇੱਕ ਡਰਾਮਾ ਜਾਂ ਕਿਉਂ ਰਚਿਆ ਗਿਆ? ਚਰਨਜੀਤ ਬਰਾੜ ਵੀ ਬੋਲੇ ਇਹਦੇ 'ਤੇ, ਬਾਕੀ ਲੋਕ ਵੀ। ਚਲੋ, ਬੋਲਣ ਵਾਲਿਆਂ ਤੇ ਬੋਲਣੋਂ ਹਟਣਾ ਨਹੀਂ ਜੀ। ਹਾਂਜੀ, ਉਹ ਤੇ ਇੱਕ ਨਕਾਤੀ ਪ੍ਰੋਗਰਾਮ ਉਹਨਾਂ ਦਾ, ਪਰ ਇਸ ਗੱਲ ਨੂੰ ਚੰਗਾ ਕਦਮ ਕਹਿਣ ਦੀ ਥਾਂ ਤੇ ਇੱਕ ਨਿੰਦਿਆ ਕਰਨੀ, ਤੁਸੀਂ ਇਹ ਦੱਸ ਦਿਓ ਚਲੋ ਇਹ ਤੇ ਸੁਖਬੀਰ ਸਿੰਘ ਬਾਦਲ ਨੂੰ ਕਹਿਤਾ, ਇਹ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀ ਜਾਂਦੇ ਰਹੇ, ਕਿ ਸਿੰਘ ਸਾਹਿਬਾਨ ਨੂੰ ਕੀ ਜਾਂਦੇ ਰਹੇ, ਐ ਨੀ ਜੀ ਐ ਹੋਣਾ ਚਾਹੀਦਾ ਆ, ਜੇ ਆਹ ਨਾ ਹੋਇਆ ਤੇ ਆਹ ਹੋ ਜੂਗਾ। ਕਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਾਂ ਸਿੰਘ ਸਾਹਿਬਾਨ ਨੂੰ ਜਿਹੜੇ ਜਿਹਨਾਂ ਨੇ ਫੈਸਲਾ ਕਰਨਾ ਹੁੰਦਾ, ਕਦੀ ਉਹਨਾਂ ਨੂੰ ਕਦੀ ਕਿਸੇ ਨੂੰ ਡਾਇਰੈਕਸ਼ਨ ਦਿੰਦਿਆਂ ਸੁਣਿਆ? ਪਰ ਇਸ ਤੋਂ ਬਾਅਦ ਜਿਸ ਤਰੀਕੇ ਦਾ ਇਹ ਡਿਸੀਜਨ ਆਇਆ ਬਲਟੂਹਾ ਜੀ, ਤੁਸੀਂ ਬਹੁਤ ਕਲੋਜ਼ ਵੀ ਹੋ ਸੁਖਬੀਰ ਸਿੰਘ ਬਾਦਲ ਹੋਣਾਂ ਦੇ, ਔਰ ਉਹ ਵੀ ਬਹੁਤ ਕਲੋਜ਼ ਨੇ ਤੁਹਾਡੇ, ਕਿਵੇਂ ਤੁਸੀਂ ਦੇਖਦੇ ਹੋ ਇਸ ਪੂਰੀ ਪ੍ਰਕਿਰਿਆ ਨੂੰ? ਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਾਕੀ ਦੇ ਲੋਕ ਵੀ ਜਿਹੜੇ ਮੰਤਰੀ ਮੰਡਲ ਸੀਗੇ ਉਹ ਵੀ ਜਵਾਬ ਦੇਣ ਇਸ ਪੂਰੇ ਮਸਲੇ ਨੂੰ ਲੈ ਕੇ, ਕਿ ਉਹ ਲੋਕ ਵੀ ਨਾਲ ਜਾਣਗੇ? ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਕਿ ਸੁਖਬੀਰ ਸਿੰਘ ਬਾਦਲ ਮੇਰੇ ਬੜੇ ਅਜ਼ੀਜ਼ ਨੇ,
ਬੜੇ ਖਾਸ ਨੇ, ਚਾਹੇ ਉਹ ਮੈਥੋਂ ਵੱਡੇ ਥਾਂ ਤੇ ਨੇ ਚਾਹੇ ਥੋੜੇ ਵੱਡੇ ਨੇ, ਔਰ ਪਾਰਟੀ ਦੇ ਪ੍ਰਧਾਨ ਵੀ ਨੇ, ਔਰ ਉਹਨਾਂ ਦੇ ਨਾਲ ਕੰਮ ਕੀਤਾ ਜਾਂ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ। ਪਰ ਕਿਉਂਕਿ ਅੱਜ ਉਹ ਤਨਖਾਹੀ ਕਰਾਰ ਦਿੱਤੇ ਗਏ ਨੇ, ਤੇ ਤਨਖਾਹੀ ਸਿੱਖ ਦੇ ਨਾਲ ਜਿਹੜਾ ਆ ਇੱਕ ਸਿੱਖ ਨੂੰ ਜਦੋਂ ਤਨਖਾਹੀ ਕਰਾਰ ਦੇ ਦਿੱਤਾ ਜਾਂਦਾ ਆ ਤੇ ਫਿਰ ਜਿਹੜਾ ਆ ਸੰਪਰਕ ਜਿਹੜਾ ਆ ਉਹਨਾਂ ਕੀ ਰੱਖਿਆ ਜਾਂਦਾ ਆ, ਤੇ ਮੇਰੇ ਵਾਸਤੇ ਵੀ ਉਹ ਇੱਕ ਅੱਜ ਤਨਖਾਹੀਆਂ ਨੇ, ਤੇ ਮੈਂ ਉਹਨਾਂ ਨੂੰ ਤਨਖਾਹੀਏ ਦੀ ਨਜ਼ਰ ਦੇ ਨਾਲ ਹੀ ਦੇਖੂੰਗਾ, ਤਨਖਾਹੀਏ ਦੀ ਗਿਣਤੀ ਚ ਰੱਖ ਕੇ ਚੱਲੂੰਗਾ। ਹਾਂ, ਜਦੋਂ ਉਹ ਉਸ ਸਾਰੀ ਪ੍ਰਕਿਰਿਆ ਚੋਂ ਲੰਘ ਕੇ ਜੋ ਪੰਥਕ ਪਰੰਪਰਾਵਾਂ ਨੇ ਰਵਾਇਤਾਂ ਨੇ ਤੇ ਜਦੋਂ ਉਹ ਸੁਰਖਰੂ ਹੋ ਕੇ ਆਉਣਗੇ, ਫਿਰ ਵਿਰਸਾ ਸਿੰਘ ਵਲਟੋਹਾ ਵਾਸਤੇ ਉਹ ਸੁਖਬੀਰ ਸਿੰਘ ਬਾਦਲ ਨੇ ਉਹਦੇ ਆਗੂ ਨੇ। ਪਰ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਫੈਸਲਾ ਆਇਆ, ਔਰ ਇਹ ਚਰਚਾ ਸੀ ਕਿ ਕੋਈ ਠੋਸ ਸਜ਼ਾ ਦਿੱਤੀ ਜਾਵੇ, ਕੋਈ ਸਖਤ ਸਜ਼ਾ ਦਿੱਤੀ ਜਾਵੇ, ਇਹ ਬਾਗੀਆਂ ਵੱਲੋਂ ਵੀ ਹੋਰ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਕੋਈ ਬੀਬੀ ਭੱਠਲ ਹੋਣਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਇਹਨਾਂ ਨੂੰ 20-20 ਸਾਲਾਂ ਦੇ ਲਈ ਸਿਆਸੀ ਸੰਨਿਆਸ ਦੀ ਸਜ਼ਾ ਸੁਣਾਈ ਜਾਵੇ, ਇਸ ਤਰ੍ਹਾਂ ਦੀਆਂ ਗੱਲਾਂ। ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਇੱਕ ਖੜੌਤ ਅਕਾਲੀ ਦਲ ਦੇ ਵਿੱਚ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਪੂਰੀ ਪ੍ਰਕਿਰਿਆ ਪਾਰ ਕਰ ਲੈਣਗੇ, ਉਸ ਤੋਂ ਬਾਅਦ ਲੱਗਦਾ ਕਿ ਦੁਬਾਰਾ ਫਿਰ ਉਭਾਰ ਆਊਗਾ ਅਕਾਲੀ ਦਲ ਦਾ? ਦੇਖੋ, ਇਹ ਨਾ ਤੇ ਕਿਸੇ ਨੂੰ ਗਿਣਤੀਆਂ ਮਿਣਤੀਆਂ ਮਾਰਨੀਆਂ ਚਾਹੀਦੀਆਂ ਤੇ ਨਾ ਗਿਣਤੀਆਂ ਮਿਣਤੀਆਂ ਮਾਰ ਕੇ ਇਹਦੇ ਵਿੱਚੋਂ ਲੰਘਣਾ ਚਾਹੀਦਾ। ਜੋ ਕਰਨਾ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਨਾ ਹੈ। ਬੀਬੀ ਭੱਠਲ ਨੂੰ ਤੇ ਪਹਿਲਾਂ ਅਜਿਹਾ ਬਿਆਨ ਦੇਣ ਤੋਂ ਪਹਿਲਾਂ 100 ਵਾਰਾਂ ਸੋਚਣਾ ਚਾਹੀਦਾ ਆ ਕਿ ਉਹ ਉਸ ਪਾਰਟੀ 'ਚ ਬੈਠੇ ਨੇ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਗੁਨਾਹਗਾਰ ਹੈ, ਜਿਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿਟੇਰੀ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਗੋਲੀਆਂ ਮਾਰੀਆਂ ਤੇ ਥਾਬਿਆ ਬੈਠਾ ਗ੍ਰੰਥੀ ਸਿੰਘ ਸ਼ਹੀਦ ਕੀਤਾ, ਤੇ ਹੋਰ ਜੋ ਕੁਛ ਵੀ ਉੱਥੇ ਵਾਪਰਿਆ, ਬੱਚੇ ਬੱਚੀਆਂ ਸਿੰਘ ਸਿੰਘਣੀਆਂ ਮਹਾਂਪੁਰਸ਼ ਹਾਂਜੀ ਜਿਹੜੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਹਜ਼ਾਰਾਂ ਨੂੰ ਜਿਹੜਾ ਆ ਮੌਤ ਦੇ ਘਾਟ ਉਧਾਰ ਦਿੱਤਾ, ਤੇ ਉਸ ਤੋਂ ਬਾਅਦ 84 ਦੇ ਵਿੱਚ ਨਵੰਬਰ ਦੇ ਵਿੱਚ ਜੋ ਕੁਛ ਵਾਪਰਿਆ, ਬੀਬੀ ਭੱਠਲ ਤੇ ਅੱਜ ਵੀ ਕਹਿੰਦੇ ਕਿ ਇੰਦਰਾ ਗਾਂਧੀ ਮੇਰੀ ਮਾਂ ਹੈ। ਹੁਣ ਜਿਹਦੀ ਇੰਦਰਾ ਗਾਂਧੀ ਮਾਂ ਆ, ਜਿਹਦੀ ਕਾਂਗਰਸ ਪਾਰਟੀ ਮਾਂ ਆ, ਜਿਹਦਾ ਸਭ ਕੁਛ ਗਾਂਧੀ ਪਰਿਵਾਰ ਹੈ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਾਂਜੀ ਅੱਜ ਅੱਜ ਮਤਲਬ ਇਹਨੂੰ ਕੀ ਕਹਿ ਸਕਦੇ ਹਾਂ ਤੁਸੀਂ? ਦੇਖੋ, ਇਹ ਚ ਕੋਈ ਦਰਾਮਾ ਨੀ ਗਿਆ ਕਿ ਪੰਥਕ ਪਰੰਪਰਾ ਦੇ ਮੁਤਾਬਕ ਜੇ ਤੁਹਾਡੇ ਮਨ ਚ ਪੰਥ ਪ੍ਰਤੀ ਦਰਦ ਹੈ, ਇਹ ਜਿੰਨੇ ਵੀ ਸੀਗੇ, ਮੈਂ ਨੀ ਕਹਿੰਦਾ ਕਿ ਕੋਈ ਸਾਰੇ ਪਰ ਲਗਭਗ ਸਾਰੇ ਜਿਹੜੇ ਆ ਇਹ ਰਾਜਨੀਤੀ ਦੇ ਸਾੜੇ ਦੇ ਵਿਰੁੱਧ ਬਿਆਨ ਦੇਣ ਵਾਲੇ ਆ, ਇਹਨਾਂ ਨੂੰ ਕੌਮ ਦੇ ਨਾਲ, ਪੰਥ ਦੇ ਨਾਲ, ਧਰਮ ਦੇ ਨਾਲ, ਸਿੱਖੀ ਪਰੰਪਰਾਵਾਂ ਨਾਲ, ਸਿੱਖੀ ਰਵਾਇਤਾਂ ਨਾਲ, ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਦੇ ਨਾਲ ਕੋਈ ਲੈਣ ਦੇਣ ਨੇ। ਇਹਨਾਂ ਨੂੰ ਕੇਵਲ ਕੇਵਲ ਸੁਖਬੀਰ ਸਿੰਘ ਬਾਦਲ ਨਾਲ ਸਾੜਾ ਸੀਗਾ ਕਿ ਆਹ ਕਰਦੇ ਹੋ ਜੀ, ਉਹ ਕਰਦੇ ਹੋ ਜੀ, ਇਦਾਂ ਕਰਦੇ ਹੋ ਜੀ, ਉਸ ਤਰ੍ਹਾਂ ਕਰਦੇ ਹੋ ਜੀ। ਜੋ ਕਰਨਾ ਹੈ ਉਹ ਸਿੰਘ ਸਾਹਿਬਾਨ ਨੇ ਕਰਨਾ ਹੈ, ਸਿੰਘ ਸਾਹਿਬਾਨ ਕੋਲੇ ਵਿਚਾਰ ਅਧੀਨ ਮਾਮਲਾ ਆ, ਉਹਨਾਂ ਨੇ ਤਨਖਾਹੀ ਕਰਾਰ ਦੇ ਦਿੱਤਾ ਆ, ਹੁਣ ਕਿਸ ਰੂਪ ਚ ਉਹ ਤਨਖਾਹ ਲਾਉਂਦੇ ਨੇ, ਸਜ਼ਾ ਲਾਉਂਦੇ ਨੇ, ਤੇ ਇਹ ਕੁਦਰਤੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਇੱਕ ਅੰਮ੍ਰਿਤਧਾਰੀ ਸਿੱਖ ਨੇ ਔਰ ਸਿੱਖਾਂ ਦੀ ਨੁਮਾਇੰਦਾ ਜਿਹੜੀ ਪੰਥਕ ਜਥੇਬੰਦੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿਰਜੀ ਹੋਈ ਹੈ ਉਹਦੇ ਉਹ ਪ੍ਰਧਾਨ ਰਹੇ ਨੇ ਔਰ ਅਕਾਲੀ ਪਾਰਟੀ ਦੀ ਸਰਕਾਰ ਦੇ ਉਹ ਡਿਪਟੀ ਮੁੱਖ ਮੰਤਰੀ ਰਹੇ ਨੇ। ਉਹਨਾਂ ਨੂੰ ਜਿਹੜਾ ਨਿਮਰਤਾ ਦੇ ਨਾਲ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਜੋ ਸਿੱਖ ਦਾ ਫਰਜ਼ ਬਣਦਾ ਹੈ, ਕਿਰਦਾਰ ਬਣਦਾ ਆ, ਉਹ ਜਿਹੜਾ ਆ
ਉਹਨੂੰ ਮੱਦੇਨਜ਼ਰ ਰੱਖਦਿਆਂ ਜਿਹੜਾ ਆ ਉਹ ਸਾਰਾ ਕੁਝ ਕਿਤੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਕੋਈ ਗੱਲਬਾਤ ਹੋਈ ਤੁਹਾਡੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਰੀਸੈਂਟਲੀ? ਨਹੀਂ ਜੀ, ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਖਾਸ ਕਰਕੇ ਮੈਂ ਹੁਣ ਕਰਾਂਗਾ ਵੀ ਨਹੀਂ। ਕਿਉਂ? ਕਿਉਂਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਤਨਖਾਹੀ ਕਰਾਰ ਦਿੱਤਾ ਹੈ। ਅੱਛਾ, ਜਦੋਂ ਤੱਕ ਉਹ ਪੂਰੀ ਪ੍ਰਕਿਰਿਆ ਚੋਂ ਲੰਘਦੇ ਨਹੀਂ ਉਦੋਂ ਤੱਕ ਤੁਸੀਂ ਗੱਲ ਨਹੀਂ ਕਰੋਗੇ? ਨਹੀਂ, ਮੈਂ ਨਹੀਂ ਕਰਾਂਗਾ। ਤੇ ਉਹਨਾਂ ਦੇ ਨਾਲ ਜਾਓਗੇ ਵੈਸੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਪੇਸ਼ ਹੋਣਗੇ? ਨਹੀਂ, ਮੇਰਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਸੀਂ ਜਾਂਦੇ ਰਹਿੰਦੇ ਹਾਂ, ਪਰ ਕਿਉਂਕਿ ਇਸ ਮੁਤਲਕ ਮੇਰਾ ਜਾਣਾ ਜਿਹੜਾ ਆ ਜਾਂ ਨਾਲ ਜਾਣਾ ਜਿਹੜਾ ਆ ਉਹ ਨਾ ਤਾਂ ਸ਼ੋਭਾ ਦਿੰਦਾ ਆ ਤੇ ਨਾ ਜਾਇਜ਼ ਹੀ ਹੈ। ਮੇਰਾ ਅਖੀਰਲਾ ਸਵਾਲ ਹੈ ਵਲਟੋਆ ਜੀ, ਤੁਸੀਂ ਪੂਰੀ ਲੀਡਰਸ਼ਿਪ ਦੀ ਕੋਰ ਟੀਮ ਦੇ ਵਿੱਚ ਹੁੰਦੇ ਹੋ, ਵੈਸੇ ਜਿਸ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਆ ਬਾਗੀਆਂ ਦੇ ਵੱਲੋਂ, ਜਿਹੜੇ ਬਾਗੀ ਸੁਰ ਤੇਜ਼ ਹੋ ਰਹੇ ਸੀਗੇ, ਔਰ ਉਹਨਾਂ ਨੂੰ ਲੈ ਕੇ ਲਗਾਤਾਰ ਉਹ ਕੱਲ੍ਹ ਵੀ ਇਹ ਗੱਲ ਕਹਿ ਰਹੇ ਸੀ ਜਦੋਂ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ, ਕਿ ਲਾਂਭੇ ਕਿਉਂ ਨਹੀਂ ਹੋ ਜਾਂਦੇ ਸੁਖਬੀਰ ਸਿੰਘ ਬਾਦਲ? ਕੀ ਸੁਖਬੀਰ ਸਿੰਘ ਬਾਦਲ ਲਾਂਭੇ ਹੋਣਗੇ ਉਸ ਤੋਂ ਬਾਅਦ ਹੀ ਅਕਾਲੀ ਦਲ ਉੱਪਰ ਆਊਗਾ? ਦੇਖੋ ਜੇ ਤੇ ਤੁਸੀਂ ਦੇਖੋ ਪਰਸੋਂ ਦੇ ਚੌਥ ਭਗਵੰਤ ਮਾਨ ਉੱਥੇ ਗਿੱਦੜਵਾਹਾ ਜਾਂਦਾ ਹੈ, ਡਿੰਪੀ ਢਿੱਲੋਂ ਨੂੰ ਜੁਆਇਨ ਕਰਵਾਇਆ, ਡਿੰਪੀ ਢਿੱਲੋਂ ਜੁਆਇਨ, ਉੱਥੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ, ਹੋਰ ਜਿੱਥੇ ਕਿਤੇ ਵੀ ਬੋਲਦੇ ਆ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ, ਹੋਰ ਕਿਸੇ ਵੀ ਪਾਰਟੀ ਦਾ ਆਗੂ ਬੋਲਦਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ, ਤੇ ਤੁਹਾਨੂੰ ਪਤਾ ਜਿਹਦੀ ਜ਼ਿਆਦਾ ਚਰਚਾ ਹੁੰਦੀ ਹੈ ਉਹ ਡਰ ਵੀ ਉੱਥੋਂ ਲੱਗਦਾ ਹੈ। ਇਹ ਜਿੰਨੇ ਨੇ ਸਾਰੇ ਕਈ ਕਹਾੜਿਆਂ ਲੈ ਕੇ ਅਕਾਲੀ ਦਲ ਦੇ ਦੁਆਲੇ ਹੋਏ ਨੇ ਜਾਂ ਬਾਦਲ ਪਰਿਵਾਰ ਦੇ ਦੁਆਲੇ ਹੋਏ ਨੇ, ਮਤਲਬ ਇਹੀ ਹੈ ਕਿ ਇਸ ਪਾਰਟੀ ਨੂੰ ਜਿਹੜਾ ਆ ਲੀਡਰਸ਼ਿਪ ਤੋਂ ਜਿਹੜਾ ਰਹਿਤ ਕੀਤਾ ਜਾਵੇ ਤੇ ਇਹਨੂੰ ਜਿਹੜਾ ਆ ਇਹ ਨਿਘਾਰ ਵਾਲੇ ਪਾਸੇ ਲਿਜਾਇਆ ਜਾਵੇ। ਔਰ ਪਹਿਲੋਂ ਵੀ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਦੇ ਕਰਕੇ ਇਹ 'ਚ ਕੋਈ ਦਰਾਮਾ ਨਹੀਂ ਕਿ ਅਕਾਲੀ ਦਲ ਦਾ ਨੁਕਸਾਨ ਹੋਇਆ ਆ, ਪਰ ਸਤਿਗੁਰੂ ਕਿਰਪਾ ਕਰਨਗੇ ਅਸੀਂ ਤਾਂ ਉਸ ਭਰੋਸੇ ਦੇ ਨਾਲ ਚੱਲਦੇ ਹਾਂ। ਠੀਕ ਹੈ, ਠੀਕ ਹੈ ਬਲਟੋਆ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਵਿਰਸਾ ਸਿੰਘ ਬਲਟੋਆ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਸੀ, ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਗੱਲ ਨਹੀਂ ਕਰਨਗੇ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਇਸ ਪੂਰੀ ਪ੍ਰਕਿਰਿਆ 'ਚੋਂ ਲੰਘ ਕੇ ਨਹੀਂ ਆ ਜਾਂਦੇ, ਫਿਰ ਉਹੀ ਸੁਖਬੀਰ ਸਿੰਘ ਬਾਦਲ ਨਹੀਂ ਹੋ ਜਾਂਦੇ, ਉਦੋਂ ਤੱਕ ਬਲਟੋਆ ਕਹਿੰਦੇ ਕਿ ਮੈਂ ਉਹਨਾਂ ਦੇ ਨਾਲ ਗੱਲ ਨਹੀਂ ਕਰਾਂਗਾ, ਅਤੇ ਨਾਲ ਹੀ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ।